वर्क टू रूल नूं लैके बिजली विभाग दे कच्चे मुलाजमां ने बिजली दफ्तर गुरुवर साहिब विखे दित्ता धरना। ईएसएम दे कानून दा नहीं दिखाई दित्ता असर। गुरुवर साहिब मुलाजम संयुक्त संगठन वल्लों अपनियां मंगां नूं लैके सहायक कार्यकारी इंजीनियर सब अर्बन गुरुवर साहिब विखे अपनियां वख-वख मंगां नूं लैके बिजली विभाग दे दफ्तर गुरुवर साहिब विखे धरना दित्ता गया। इस मौके जानकारी देंदे हुए बिजली बोर्ड दे कर्मचारियों ने दस्सिया कि दफ्तर दे अंदर काम करदे उकत जई वल्लों जथेबंदी नूं मानता ना देण आगुआ नाल गलत रवैया अपनाया जा रहा है। जथेबंदी वालों SDO गुरुवर साहिब नूं कई बार जाणू करवाया गया। जई वालों जथेबंदी दे आगुआ नाल गलत रवैया अपनाया जा रहा है, पर SDO वालों ए मामले नूं हल करन दी थां उल्टा जथेबंदी दे आगुआ नूं चिट्ठी पत्र जारी कर दिता गया है, जिस कारण समुचे जथेबंदी दे आगुआ विच भारी रोस पाया जा रहा है। उन्होंने कथित दोष लगाउंदे हुए कहा कि SDO इस मामले नूं निबेड़न विच अपनी रुचि नहीं दिखा रहा अते जथेबंदी नूं मानता नहीं दे रहे, जिस कारण रोस वजो 5 सितंबर नूं गुरुवर साहिब दफ्तर दे मेन गेट अगे रोस धरना दिता जावेगा अते अर्थी फूक प्रदर्शन कीता जावेगा। आओ तुहानूं वी सुणाउंदिआं होर की कहना है बिजली बोर्ड दे कर्मचारियां दा। की कहना चाहोगे अज जो तुसीं धरना लगाया गया, किहड़ियां मंगां नूं लै के धरना दे रहे हो तुसीं? साडे मंग हैगी जी, जिहड़ा साडे साथी 295/19 वाले आपदा प्रोबेशन पीरियड जिहड़ा उह पूरा कर चुके ने, पूरा करन तों बाद जिहड़ी उहनां नूं रेगुलर करके उहनां दे जिहड़ियां तनखाहां ਉਹ ਨਹੀਂ ਦਿੱਤੀਆਂ ਜਾ ਰਹੀਆਂ, ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਦੇ ਵਿਰੋਧ ਵਜੋਂ ਸਾਡੀ ਜਿਹੜੀ ਜਥੇਬੰਦੀ ਏ ਉਹਦੇ ਵੱਲੋਂ ਜਿਹੜੇ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ MU ਵੱਲੋਂ ਜਿਹੜੇ ਵਰਕ ਟੂ ਰੂਲ ਦਾ ਜਿਹੜਾ ਹੈਗਾ ਉਹ ਸੱਦਾ ਦਿੱਤਾ ਗਿਆ ਸੀ ਕਿ ਅਸੀਂ ਰੂਲ ਮੁਤਾਬਕ ਜਿਹੜਾ ਹੈਗਾ ਜੋ ਸਰਕਾਰ ਦੇ ਕਾਇਦੇ ਕਾਨੂੰਨ ਨੇ ਜਿਨ੍ਹਾਂ ਦੇ ਮੁਤਾਬਕ ਸਾਡੀ ਬਣਦੀ ਡਿਊਟੀ ਏ ਅਸੀਂ ਉਹਦੇ ਮੁਤਾਬਕ ਮਤਲਬ ਵਰਕ ਟੂ ਰੂਲ ਕਰਾਂਗੇ ਔਰ ਉਹਦੇ ਮੁਤਾਬਕ ਹੀ ਅਸੀਂ ਜਿਹੜੀ ਆਪਦਾ ਜਿਹੜਾ ਉਹ ਕੰਮ ਕਰਾਂਗੇ। ਤਾਂ ਇਸ ਦੇ ਜਦੋਂ ਉਹ ਅਸੀਂ ਸਾਡੇ ਸਾਥੀ ਜਿਹੜੇ ਹੈਗੇ ਨੇ ਉਹ ਵਰਕ ਤੇ ਟੂ ਰੂਲ ਦੇ ਮੁਤਾਬਕ ਕੰਮ ਕਰਦੇ ਨੇ ਤਾਂ ਇਹਨਾਂ ਜਈਆਂ ਮੈਨੂੰ ਜਿਹੜਾ ਉਹ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਸਾਡੇ ਤੋਂ ਜਿਹੜਾ ਹੈਗਾ ਉਹ 5 ਵਜੇ ਤੋਂ ਬਾਅਦ ਡਿਊਟੀ, ਰਾਤ ਨੂੰ ਡਿਊਟੀ, ਸਵੇਰੇ ਡਿਊਟੀ, ਮਤਲਬ ਜਿਹੜਾ ਇਹ ਸਾਡੇ ਜਿਹੜੇ ਕਾਨੂੰਨ ਤੋਂ ਬਾਹਰ ਜਾ ਕੇ ਜਿਹੜੇ ਰੂਲ ਤੋਂ ਬਾਹਰ ਜਾ ਕੇ ਜਿਹੜੇ ਸਾਡੇ ਤੋਂ ਜਿਹੜੇ ਉਹ ਕੰਮ ਲੈ ਜਾਂਦੇ ਨੇ। ਜਦੋਂ ਅਸੀਂ ਇਹਨਾਂ ਦਾ ਵਿਰੋਧ ਕਰਨਾ ਤਾਂ ਕਰਨਾ ਕਰਦੇ ਹਾਂ ਤਾਂ ਜਿਹੜੇ ਸਾਡੇ ਤੇ ਜਿਹੜੀ ਉਹ ਮੰਦੀ ਸ਼ਬਦ ਆ ਉਹਦੀ ਲਈ ਵਰਤਦੇ ਨੇ, ਅੰਡਰ ਪ੍ਰੈਸ਼ਰ ਕਰਕੇ ਸਾਡੇ ਤੋਂ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਸ ਦੇ ਸਬੰਧ ਵਿੱਚ ਜਿਹੜਾ ਹੈਗਾ ਵੀ ਸਾਡਾ ਜਿਹੜਾ ਆਗੂ ਸੀ ਤਾਂ ਇਹਨੇ ਉਸ ਨਾਲ ਵੀ ਬਦਸਲੂਕੀ ਕੀਤੀ, ਜਈ ਵੱਲੋਂ ਬਦਸਲੂਕੀ ਕੀਤੀ ਗਈ ਤੇ ਜਿਹੜਾ ਕਿ ਸਾਡੇ ਯੂਨੀਅਨ ਵੱਲੋਂ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਉਹਦੇ ਨਾਲ ਇਹਨੇ ਬਦਸਲੂਕੀ ਕਰਨੀ ਬਹੁਤ ਮਾੜੀ ਗੱਲ ਹੈ ਔਰ ਯੂਨੀਅਨ ਨੂੰ ਮਾੜਾ ਕਹਿਣਾ ਇਹ ਉਦੋਂ ਵੀ ਬਹੁਤ ਮਾੜੀ ਗੱਲ ਹੈ। ਕਿਹੜੇ ਜਈ ਸੀਗੇ, ਕਿਹਨਾਂ ਨੇ ਕੀਤਾ? ਇਹ ਪਰਜਿੰਦਰ ਸਿੰਘ ਪਾਰਸ ਜਈ ਹੈ। ਤੇ ਇਹਦੇ ਸਬੰਧ ਵਿੱਚ ਜਦੋਂ ਅਸੀਂ SDO ਸਾਹਿਬ ਨੂੰ ਮਿਲਣ ਗਏ ਤਾਂ ਵੀ ਤੁਹਾਡਾ ਜਿਹੜਾ ਜਈ ਹੈ ਜਾਂ ਜਿਹੜੇ ਤੁਹਾਡੇ ਥੱਲੇ ਜਈ ਨੇ ਇਹ ਸਾਡੇ ਵਰਕ ਟੂ ਰੂਲ ਦੇ ਮੁਤਾਬਕ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਮੰਗ ਪੱਤਰ ਕੀ ਤੁਹਾਨੂੰ ਅਸੀਂ ਨੋਟਿਸ ਕਰਾ ਚੁੱਕੇ ਹਾਂ ਕਿ ਸਾਡੇ ਸਾਥੀ ਜਿਹੜੇ ਹੈਗੇ ਨੇ ਉਹ ਵਰਕ ਟੂ ਰੂਲ ਦੇ ਮੁਤਾਬਕ ਹੀ ਕੰਮ ਕਰਨਗੇ, ਫਿਰ ਵੀ ਤੁਹਾਡੇ ਜਈਆਂ ਮੈਨੂੰ ਜਿਹੜਾ ਉਹ ਸਾਡੇ ਬੰਦਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਇਹ ਤੁਹਾਡੇ ਵਾਸਤੇ ਠੀਕ ਨਹੀਂ ਹੈ। ਇਸ ਵਾਸਤੇ ਅਸੀਂ ਉਹਨਾਂ ਨੂੰ ਕਹਿਣ ਵਾਸਤੇ ਗਏ ਹਾਂ ਪਰ ਉੱਥੇ ਪਰਮਿੰਦਰ ਜਈ ਮੌਜੂਦ ਹੋਣ ਤੇ ਜਿਹੜਾ ਕਿ ਉਹ ਅੱਗੇ ਗੱਲ ਜਿਹੜੀ ਉਹ ਵਿਗੜ ਗਈ, ਇਹਨਾਂ ਨੇ ਸਾਨੂੰ ਅੰਦਰ ਵੀ ਬੜਾ ਮੰਦਾ ਚਾਂਗਾ ਬੋਲਿਆ, ਬੜਾ ਮਾੜਾ ਬੋਲਿਆ, ਜਿੱਥੇ ਕਿ ਜਿਹੜੇ ਸਾਡੇ ਖਪਤਕਾਰ ਬੈਠੇ ਸੀ, ਕਿਸਾਨ ਆਏ ਹੋਏ ਸੀ, ਉਹਨਾਂ ਦੇ ਸਾਹਮਣੇ ਇਹਨਾਂ ਨੇ ਸਾਡੀ ਯੂਨੀਅਨ ਜਿਹੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਔਰ ਅੱਜ ਉਹਦੇ ਕਰਕੇ ਅਸੀਂ ਜਿਹੜਾ ਇੱਥੇ ਅੱਜ ਆਪਦਾ ਰੋਸ ਪ੍ਰਦਰਸ਼ਨ ਜਿਹੜਾ ਉਹ ਕਰ ਰਹੇ ਹਾਂ। ਤੇ ਅਸੀਂ ਮੰਗ ਕਰਦੇ ਹਾਂ ਜਿੰਨੀ ਦੇਰ ਤੱਕ ਸਾਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ ਅਸੀਂ ਅੱਗੇ ਤੋਂ ਅੱਗੇ ਜਿਹੜਾ ਉਹ ਤੇਜ਼ ਸੰਘਰਸ਼ ਕਰਾਂਗੇ, ਫਿਰ ਧਰਨੇ ਲਾਵਾਂਗੇ, ਡਿਵੀਜ਼ਨ ਤੇ ਧਰਨੇ ਲਾਵਾਂਗੇ, ਹੋ ਸਕਦਾ ਅਸੀਂ ਰੋਡ ਵੀ ਜਾਮ ਕਰੀਏ। ਧਰਨੇ ਦੇ ਕੋਈ ਖਾਸ ਕਾਰਨ ਨਹੀਂ ਹੈਗੇ, ਇੱਕ ਕਾਰਨ ਹੈਗਾ ਵਾ, ਗੱਲ ਇਹ ਹੈ ਵੀ 23 ਤਰੀਕ ਸ਼ਾਮ 4:30 ਵਜੇ ਦੇ ਕਰੀਬ ਪਾਰ ਸਿੰਘ ਜਈ ਤੇ ਮੈਂ ਨੂਰੇ ਕੇ ਗ੍ਰੇਟ ਫੀਡਰ ਕਲੀਅਰ ਕਰਵਾ ਰਹੇ ਸੀ। ਮੈਨੂੰ ਉੱਥੋਂ ਗੁਰੂ ਸਾਗਰੇਟ ਤੋਂ ਮੈਸੇਜ ਲੱਗਿਆ UPS ਮੰਦਾਨਾ ਫੀਡਰ ਫਾਲਟ ਹੋਣ ਦਾ। ਮੈਂ ਇਸ ਸੰਬੰਧੀ ਆਪਣੇ ਲਾਈਨਮੈਨ ਗੁਰਮੀਤ ਲਾਲ ਨੂੰ ਮੈਸੇਜ ਲਗਾਇਆ ਪਰ ਉਸ ਵੱਲੋਂ ਫੀਡਰ ਕਲੀਅਰ ਕਰਨ ਲਈ ਸਾਫ਼ ਇਨਕਾਰ ਕਰ ਦਿੱਤਾ ਗਿਆ। ਮੈਂ ਵਾਰ ਵਾਰ ਕਹਿਣ ਤੇ ਵੀ ਉਸ ਵੱਲੋਂ ਇਨਕਾਰੀ ਕੀਤੀ ਗਈ। ਫਿਰ ਮੈਂ ਖੁਦ 24 ਘੰਟੇ ਫੀਡਰ ਹੋਣ ਕਰਕੇ ਇਸਦੇ 24-25 ਪਿੰਡ ਹੈਗੇ ਆ ਇਸ ਦੇ ਅੰਡਰ ਆਉਂਦੇ ਆ, 24 ਘੰਟੇ ਸਪਲਾਈ ਹੋਣ ਕਰਕੇ ਇਸਦੀ ਖੁਦ ਮੈਂ ਸਪਲਾਈ ਆ ਕੇ ਚਾਲੂ ਕਰਵਾਈ। ਇਸੇ ਗੱਲ ਦਾ ਹੀ ਉਹਨਾਂ ਰੋਸ ਮਨਾ ਕੇ ਅਗਲੇ ਦਿਨ ਸਵੇਰੇ ਤਕਰੀਬਨ 10 ਵਜੇ SDO ਸਾਹਿਬ ਦੇ ਆਫਿਸ ਦੇ ਵਿੱਚ ਆ ਕੇ SDO ਸਾਹਿਬ ਦੇ ਸਾਹਮਣੇ ਅਤੇ ਹੋਰ ਖਪਤਕਾਰ ਬੈਠੇ ਸੀ ਉਹਨਾਂ ਦੇ ਸਾਹਮਣੇ ਮੇਰੇ ਨਾਲ ਗਾਲੀ ਗਲੋਚ ਕਰਿਆ ਗਿਆ ਅਤੇ ਮੇਰੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਗਈ। ਜੋ ਵੀ 8 ਨੂੰ ਐਡਮਿਸ਼ਨ ਲੈਣ ਨਾਲ ਆਪਣੇ ਦੋਸਤ ਸਾਥੀਆਂ ਨਾਲ ਆਇਆ ਅਤੇ ਆ ਕੇ ਬਿਨਾਂ ਗੱਲਬਾਤ ਤੋਂ ਜੇ ਪਾਸ ਨਾਲ ਮਿਸਬਿਹੇਵ ਕੀਤਾ ਚੱਕ
ਉੱਪਰ ਚੁੱਕਿਆ ਹੈ। ਇਸ ਸੰਬੰਧੀ ਉਸਨੂੰ ਇਸ ਦਾ ਸਪਸ਼ਟੀਕਰਨ ਮੰਗਣ ਲਈ ਲੈਟਰ ਲਿਖੀ ਗਈ ਹੈ, ਇਸ ਕਰਕੇ ਉਹਨਾਂ ਵੱਲੋਂ ਅੰਸ਼ ਆਪਣਾ ਧਰਨਾ ਲਗਾਇਆ ਗਿਆ। ਹੁਣ ਤੁਸੀਂ ਕੀ ਤੁਹਾਡੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਉਸ ਵੱਲੋਂ ਕਾਰਵਾਈ ਵਾਸਤੇ ਉਸ ਅਧਿਕਾਰੀ ਨੇ ਕੀਤਾ ਗਿਆ ਕੀ ਕੀਤਾ ਗਿਆ ਕੁਛ ਲੈਟਰ ਲਿਖ ਦਿੱਤੀ ਗਈ ਹੈ। ਠੀਕ ਹੈ। ਹਾਂਜੀ ਸ਼੍ਰੀਮਾਨ ਜੀ, ਪੰਜਾਬ ਸਰਕਾਰ ਨੇ ਕਿਹਾ ਸੀ ਵੀ ਕੋਈ ਧਰਨਾਬਾਜ਼ੀ ਨਹੀਂ ਕਰ ਸਕਦਾ, ਤੁਸੀਂ ਧਰਨਾ ਲਗਾ ਰੱਖਿਆ ਜੀ, ਕੀ ਮੰਗਾਂ ਨੇ ਤੁਹਾਡੀਆਂ? ਦੇਖੋ ਜੀ, ਜਿਹੜਾ ਪੰਜਾਬ ਸਰਕਾਰ ਦਾ ਤੁਸੀਂ ਕਹਿ ਰਹੇ ਹੋ, ਉਹ ਸਾਡੇ 295/19 ਵਿੱਚ ਭਰਤੀ ਹੋਏ ਸੀ ਸਹਾਇਕ ਲਾਈਨਮੈਨ ਸਾਥੀ, ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਉਹਨਾਂ ਦੀਆਂ ਤਨਖਾਹਾਂ ਨਹੀਂ ਬਣਾਈਆਂ ਜਾ ਰਹੀਆਂ, ਤੇ ਮਹਿਕਮੇ ਦੇ ਜਿਹੜਾ ਰੂਲਾਂ ਦੇ ਮੁਤਾਬਕ ਜੋ ਬਣਦੀ ਡਿਊਟੀ ਆ ਸਾਡੇ ਸਾਥੀ ਉਹੀ ਕਰ ਰਹੇ ਆ, ਪਰ ਇਸ ਦੇ ਉਲਟ ਜਿਹੜੀ ਜਈ ਆ ਜਾਂ ਇਹਨਾਂ ਵੱਲੋਂ ਪ੍ਰੈਸ਼ਰਲਾਈਜ਼ ਕਰਕੇ ਸਾਡੇ ਸਾਥੀਆਂ ਨੂੰ ਉਹਨਾਂ ਤੋਂ 5 ਵਜੇ ਤੋਂ ਬਾਅਦ ਕੰਮ ਲਿਆ ਜਾ ਰਿਹਾ ਜਾਂ ਐਚਟੀ ਦਾ ਕੰਮ ਲਿਆ ਜਾ ਰਿਹਾ, ਜਿਸ ਦੇ ਵਿਰੋਧ ਵਜੋਂ ਅਸੀਂ ਅੱਜ ਇਹ ਧਰਨਾ ਲਾਇਆ। ਲੋਕ ਪਰੇਸ਼ਾਨ ਹੁੰਦੇ ਨੇ, ਅਗਰ ਜੇ ਤੁਸੀਂ ਐਕਸਟਰਾ ਕੰਮ ਕਰਦੇ ਹੋ ਤਾਂ ਪਬਲਿਕ ਤੁਹਾਨੂੰ ਸਪੋਰਟ ਵੀ ਕਰਦੀ ਹੈ, ਤੁਸੀਂ ਪਿੰਡਾਂ ਵਿੱਚ ਜਾਂਦੇ ਹੋ, ਜਿੱਦਾਂ ਕਿ ਹੁਣ ਝੋਨੇ ਦਾ ਸੀਜ਼ਨ ਹੈ, ਅਗਰ 8 ਘੰਟੇ ਸਪਲਾਈ ਚੱਲ ਰਹੀ ਹੈ, ਤੁਸੀਂ ਨਿਰਵਿਘਨ ਉਹਨਾਂ ਨੂੰ ਸਪਲਾਈ ਦੇਣ ਦੇ ਵਾਅਦੇ ਕਰਦੇ ਹੋ ਜੀ, ਤੁਹਾਡਾ ਮਹਿਕਮਾ ਕਰਦਾ ਜੀ? ਦੇਖੋ ਜੀ, ਇਹਦੇ ਵਿੱਚ ਜਿਹੜੀ ਆ ਪੰਜਾਬ ਸਰਕਾਰ ਹੈ, ਪੰਜਾਬ ਸਰਕਾਰ ਨੇ ਜਿਹੜੀ ਇਹ ਪੋਸਟ ਹੈ ਇਹ ਸਹਾਇਕ ਲਾਈਨਮੈਨ ਦੀ ਕੀਤੀ ਹੋਈ ਹੈ ਜੀ, ਇਹਨਾਂ ਦੀ ਬਣਦੀ ਡਿਊਟੀ ਹੈ, ਉਹ ਐਚਟੀ ਦੀ ਨਹੀਂ ਬਣਦੀ ਗੀ, ਉਹ ਥੱਲੇ ਗਰਾਊਂਡ ਲੈਵਲ ਦੀ ਹੈ, 8 ਫੁੱਟ ਤੱਕ ਡਿਊਟੀ ਹੈ, ਉਹ ਬੰਦੇ ਇਹ ਹੀ ਕੰਮ ਕਰ ਰਹੇ ਆ, ਕਿਉਂਕਿ ਨਾ ਤਾਂ ਇਹਨਾਂ ਨੂੰ ਰੈਗੂਲਰ ਤਨਖਾਹਾਂ ਪਾਈਆਂ ਜਾ ਰਹੀਆਂ ਤੇ ਨਾ ਹੀ ਇਹਨਾਂ ਨੂੰ ਰੈਗੂਲਰ ਕੀਤਾ ਜਾ ਰਿਹਾ, ਤੇ ਜਿਹੜੀ ਵੀ ਇਹਨਾਂ ਨੂੰ ਬਣਦੀ ਮਹਿਕਮੇ ਦੀ ਡਿਊਟੀ ਹੈ ਉਹੀ ਕਰ ਰਹੇ ਆ, ਤੇ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹ ਬੰਦਿਆਂ ਨੂੰ ਰੈਗੂਲਰ ਕਰਕੇ ਇਹਨਾਂ ਨੂੰ ਲਾਈਨਮੈਨ ਬਣਾਇਆ ਜਾਵੇ ਤਾਂ ਜੋ ਜਿਹੜਾ ਨਿਰਵਿਘਨ ਸਪਲਾਈ ਹੈ ਦੇਣ ਵਿੱਚ ਕੋਈ ਮੁਸ਼ਕਲ ਨਾ ਆਵੇ। ਜਈ ਸਾਹਿਬ ਨਾਲ ਕੀ ਤੁਹਾਡੇ ਚੱਲ ਰਹੇ ਟਸਣਬਾਜ਼ੀ, ਕਿਸ ਤਰ੍ਹਾਂ ਦਾ ਉਹ ਪ੍ਰੈਸ਼ਰ ਪਾ ਰਹੇ ਨੇ ਜੀ? ਜਈ ਸਾਹਿਬ ਨਾਲ ਜਿਹੜੀ ਟਸਣਬਾਜ਼ੀ ਚੱਲ ਰਹੀ ਹੈ, ਜਈ ਸਾਹਿਬ ਨੇ 23/8 ਨੂੰ ਸ਼ਾਮ ਨੂੰ 5 ਵਜੇ ਤੋਂ ਕਰੀਬ ਫੋਨ ਕੀਤਾ, ਗੁਰਮੀਤ ਲਾਲ ਪ੍ਰਧਾਨ ਨੂੰ ਫੋਨ ਕੀਤਾ ਕਿ ਇੱਥੇ ਬ੍ਰੇਕ ਡਾਊਨ ਹੈ ਉਹ ਕੰਮ ਕਰ ਦਿਓ। ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਵਰਕ ਟੂ ਰੂਲ ਹੈ 5 ਵਜੇ ਤੋਂ ਬਾਅਦ ਅਸੀਂ ਜਿਹੜਾ ਕੰਮ ਹੈ ਉਹ ਬੰਦ ਕਰਤਾ, ਤੇ ਉਹਨਾਂ ਵੱਲੋਂ ਇੱਕ ਮਾੜੀ ਸ਼ਬਦਾਵਲੀ ਵਰਤੀ ਗਈ ਹੈ ਤੇ ਯੂਨੀਅਨ ਪ੍ਰਤੀ ਵਰਤੀ ਗਈ ਹੈ, ਉਸ ਦੇ ਅਗੇਂਸਟ ਅਸੀਂ ਦੂਜੇ ਦਿਨ 24/8 ਨੂੰ SDO ਸਾਹਿਬ ਨੂੰ ਮਿਲਣ ਲਈ ਗਏ ਹਾਂ, ਤਾਂ ਉੱਥੇ ਪਰਜਿੰਦਰ ਜਿਹੜਾ ਜਈ ਹੈ ਉਹ ਮੌਜੂਦ ਸੀਗਾ। ਜਦੋਂ ਅਜੇ SDO ਸਾਹਿਬ ਨਾਲ ਤਾਂ ਗੱਲ ਹੋਈ ਨੀ, ਅਜੇ ਹੋਣ ਹੀ ਲੱਗੀ ਆ, ਤੇ ਉਹਨਾਂ ਨੇ ਉੱਥੇ ਹੀ ਰੋਲਾ ਫਿਰ ਆਪਦੀ ਜਾਣੀ 23 ਵਾਲੀ ਰੰਜਸਬਾਜੀ ਜਿਹੜੀ ਆ 23 ਵਾਲੀ ਰੰਜਸਬਾਜੀ ਉਹਨਾਂ ਨੇ ਦੁਬਾਰਾ ਚਾਲੂ ਕਰਨ ਤੇ ਸਾਨੂੰ ਉੱਥੇ ਜਿਹੜੀ ਯੂਨੀਅਨ ਨੂੰ ਗਲਤ ਸ਼ਬਦਾਵਲੀ ਵਰਤੀ ਹੈ, ਕਿਸਾਨਾਂ ਦੇ ਸਾਹਮਣੇ ਸਾਡੇ ਜਥੇਬੰਦੀ ਦਾ ਅਕਸ ਖਰਾਬ ਕੀਤਾ, ਜੋ ਕਿ ਅਸੀਂ ਕਾਰਵਾਈ ਕਰਨ ਦੀ ਮੰਗ ਕੀਤੀ ਸੀ SDO ਸਾਹਿਬ ਨੂੰ, ਪਰ SDO ਸਾਹਿਬ ਨੇ ਸਾਡੀ ਉਸ ਗੱਲ ਤੇ ਕੋਈ ਗੌਰ ਨਹੀਂ ਕੀਤਾ, ਜਿਸ ਦੇ ਸਬੰਧ ਵਿੱਚ ਅੱਜ ਅਸੀਂ ਧਰਨਾ ਲਗਾ ਰਹੇ ਹਾਂ। ਠੀਕ ਹੈ।